ਰੇਡ ਮਾਰਨ ਗਈ ਪੁਲਿਸ ਤੇ ਲੋਕਾਂ ਨੇ ਹਮਲਾ ਕਰ ਦਿੱਤਾ ਹੈ। ਮੁਲਾਜ਼ਮਾਂ ਦੇ ਸਿਰ ਪਾੜਤੇ ਨੇ, ਤਸਵੀਰਾਂ ਦਿਖਾਈਆਂ ਤੁਹਾਨੂੰ ਕਿਵੇਂ ਦੇਖੋ, ਮੁਲਾਜ਼ਮਾਂ ਨੂੰ ਟੁੱਟ ਟੁੱਟ ਕੇ ਪੈ ਰਹੇ ਨੇ ਇਹ ਲੋਕ, ਮਸਾਂ ਜਾਨ ਬਚਾ ਕੇ ਭੱਜੇ ਨੇ ਪੁਲਿਸ ਕਰਮੀ, ਸਿਰ ਪਾੜ ਗਏ ਨੇ ਪੁਲਿਸ ਕਰਮੀਆਂ ਦੇ, ਹਸਪਤਾਲ ਦੇ ਵਿੱਚ ਦਾਖਲ ਨੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮ ਅਤੇ ਪੁਲਿਸ ਕਰਮੀ। ਦਰਅਸਲ ਐਕਸਾਈਜ਼ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਦੇ ਇੱਕ ਇਲਾਕੇ ਦੇ ਵਿੱਚ ਨਜਾਇਜ਼ ਧੰਦਾ ਚੱਲਦਾ ਹੈ, ਨਜਾਇਜ਼ ਸ਼ਰਾਬ ਵੇਚੀ ਜਾਂਦੀ ਹੈ, ਜਿਸ ਤੋਂ ਬਾਅਦ ਐਕਸਾਈਜ਼ ਵਿਭਾਗ ਨੇ ਪੁਲਿਸ ਵਾਲਿਆਂ ਨੂੰ ਸੰਪਰਕ ਕੀਤਾ। ਦੋਹਾਂ ਨੇ ਮਿਲ ਕੇ ਇੱਕ ਘਰ 'ਤੇ ਰੇਡ ਕੀਤੀ, ਘਰ ਦੇ ਵਿੱਚ ਚੈਕਿੰਗ ਵੀ ਕੀਤੀ, ਬੈੱਡ ਖੋਲ੍ਹੇ ਅਤੇ ਘਰ ਦਾ ਕੋਨਾ ਕੋਨਾ ਚੈੱਕ ਕੀਤਾ ਤਲਾਸ਼ੀ ਲਈ ਪੂਰੇ ਘਰ ਦੀ, ਜਿਸ ਤੋਂ ਬਾਅਦ ਪੁਲਿਸ ਕਰਮੀ ਹੋਰ ਘਰਾਂ ਦੀ ਵੀ ਤਲਾਸ਼ੀ ਲੈਣ ਜਾ ਰਹੇ ਸੀ। ਪਰ ਉਸ ਤੋਂ ਪਹਿਲਾਂ ਹੀ ਪੂਰੇ ਮੁਹੱਲੇ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਪਹਿਲਾਂ ਤਾਂ ਪੁਲਿਸ ਕਰਮੀਆਂ 'ਤੇ ਘੇਰਾ ਬਣਾ ਕੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ, ਬਾਅਦ ਦੇ ਵਿੱਚ ਕੁਝ ਭੀੜ ਦੇ ਵਿੱਚੋਂ ਨੌਜਵਾਨ ਬਾਹਰ ਆਏ ਅਤੇ ਪੁਲਿਸ ਕਰਮੀਆਂ 'ਤੇ ਹਮਲਾ ਕਰ ਦਿੱਤਾ, ਜਿਸ ਦੇ ਵਿੱਚ ਪੁਲਿਸ ਕਰਮੀਆਂ ਦੇ ਸਿਰ ਪਾੜ ਗਏ ਨੇ। ਤਾਂ ਲੋਕਾਂ ਨੇ ਕੁੱਟੇ ਐਕਸਾਈਜ਼ ਅਤੇ ਪੁਲਿਸ ਵਾਲੇ, ਕੁੱਟ ਕੁੱਟ ਮੁਲਾਜ਼ਮਾਂ ਦੇ ਸਿਰ ਪਾੜਤੇ ਨੇ, ਜਾਨ ਬਚਾ ਕੇ ਭੱਜੇ ਨੇ ਪੁਲਿਸ ਕਰਮੀ। ਪੂਰੇ ਇਲਾਕੇ ਦੇ ਲੋਕ ਇਕੱਠੇ ਹੋ ਗਏ ਸੀ, ਸਾਰਿਆਂ ਨੇ ਮਿਲ ਕੇ ਪੁਲਿਸ 'ਤੇ ਹਮਲਾ ਕੀਤਾ। ਇਸ ਇਲਾਕੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਧੜੱਲੇ ਦੇ ਨਾਲ ਜਾਲੀ ਅਤੇ ਜ਼ਹਿਰੀਲੀ ਸ਼ਰਾਬ ਵੇਚਦੀ ਹੈ, ਦੋ ਨੰਬਰ ਦੇ ਧੰਦੇ ਵੀ ਹੋਰ ਹੁੰਦੇ ਨੇ ਇਸ ਇਲਾਕੇ ਦੇ ਵਿੱਚ। ਪੁਲਿਸ ਰੇਡ ਮਾਰਨ ਗਈ ਸੀ ਤਾਂ ਪੁਲਿਸ ਵਾਲਿਆਂ ਦਾ ਹਸ਼ਰ ਕੀ ਕੀਤਾ ਇਹਨਾਂ ਲੋਕਾਂ ਨੇ, ਤਾਂ ਦੇਖੋ, ਇਹ ਤਾਂ ਤਾਲੀਬਾਨੀ ਰਾਜ ਹੋ ਗਿਆ ਕਿ ਪੁਲਿਸ ਮੁਹੱਲਿਆਂ ਦੇ ਵਿੱਚ ਆ ਕੇ ਚੈਕਿੰਗ ਵੀ ਨਹੀਂ ਕਰ ਸਕਦੀ, ਜੇ ਚੈਕਿੰਗ ਕੀਤੀ ਤਾਂ ਦੇਖੋ ਕਿੰਝ ਭੜਕ ਗਏ ਲੋਕ। ਤਾਂ ਦੱਸ ਦਈਏ ਕਿ ਅੰਮ੍ਰਿਤਸਰ ਦੇ ਰਾਮਬਾਗ ਇਲਾਕਾ ਹੈ, ਅੰਮ੍ਰਿਤਸਰ ਦਾ ਇਹ ਰਾਮਬਾਗ ਇਲਾਕਾ ਹੈ, ਜਿਸ ਦੇ ਵਿੱਚ ਇਹ ਪੂਰਾ ਇਲਾਕਾ, ਜਿਸ ਦੇ ਵਿੱਚ ਇਹ ਗਲੀ ਕਾਫੀ ਜ਼ਿਆਦਾ ਬਦਨਾਮ ਹੈ ਕਿ ਇਸ ਗਲੀ ਦੇ ਵਿੱਚ ਕੁਝ ਘਰ ਅਜਿਹੇ ਨੇ ਜੋ ਕਿ ਦੋ ਨੰਬਰ ਦਾ ਧੰਦਾ ਕਰਦੇ ਨੇ, ਜਾਲੀ ਸ਼ਰਾਬ ਵੇਚਦੇ ਨੇ, ਜਿਸ ਤੋਂ ਬਾਅਦ ਐਕਸਾਈਜ਼ ਵਿਭਾਗ ਨੇ ਰੇਡ ਕੀਤੀ। ਪੁਲਿਸ ਵਾਲੇ ਵੀ ਨਾਲ ਸੀ, ਪਰ ਇਹਨਾਂ ਲੋਕਾਂ ਨੇ ਪਹਿਲਾਂ ਤਾਂ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਦੇਖਦੇ ਇਲਾਕਾ ਵਾਸੀਆਂ ਨੇ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਵੀ ਕਰਤੀ, ਜਿਸ ਤੋਂ ਬਾਅਦ ਜ਼ਖਮੀ ਹਾਲਾਤ ਦੇ ਵਿੱਚ ਪੁਲਿਸ ਮੁਲਾਜ਼ਮ ਭੱਜੇ ਨੇ, ਸਿਵਲ ਹਸਪਤਾਲ ਪਹੁੰਚੇ ਨੇ, ਉੱਥੇ ਇਲਾਜ ਕਰਾਇਆ ਜਾ ਰਿਹਾ ਉਹਨਾਂ ਦਾ। ਆਓ ਕੀ ਕਹਿਣਾ ਉਹਨਾਂ ਦਾ ਸੁਣਦੇ ਹਾਂ। ਅੱਜ ਬੰਸਾਲੇ ਵੀ ਯਾਰ ਰਾਮਬਾਗ ਐਕਸਾਈਜ਼ ਦੇ ਦੋ ਇੰਸਪੈਕਟਰ ਸੀਗੇ ਅਤੇ 10-12 ਸਾਡੇ ਐਕਸਾਈਜ਼ ਦੇ ਮੁਲਾਜ਼ਮ ਸੀਗੇ, ਨਾਲ ਥਾਣੇ ਮੁਲਾਜ਼ਮ ਸੀਗੇ 3-4, ਅਤੇ ਉੱਥੇ ਸ਼ਰਾਬ ਬੜੀ 2 ਨੰਬਰ ਦੀ ਵਿਕਦੀ ਆ, ਅਤੇ ਉੱਥੇ ਰੇਡ ਕੀਤਾ। ਅਸੀਂ ਅਸੀਂ ਜਾ ਕੇ ਰੁਕੇ ਹਾਂ ਅਤੇ ਸਾਡੇ 'ਤੇ ਉਹਨਾਂ ਨੇ ਮੁਹੱਲੇ ਵਾਲਿਆਂ ਨੇ ਹਮਲਾ ਕਰਤਾ, ਜਿਹੜੇ ਸ਼ਰਾਬ ਵੇਚਣ ਵਾਲੇ 10-12 ਜਣੇ ਇਕੱਠੇ ਹੋਏ ਹੋਏ ਸੀਗੇ, ਉਹਨੇ ਇੱਟਾਂ ਰੋੜੇ ਮਾਰਨੇ ਚਾਲੂ ਕਰਤੇ, ਮੇਰੇ ਸਿਰ 'ਤੇ ਇੱਟਾਂ ਵੱਜੀਆਂ, ਅਤੇ ਚਾਰ ਸਪੇਰੋ ਸਾਰਾ ਮੁਹੱਲਾ ਹੀ ਪੈ ਗਿਆ, ਅਤੇ ਉਹਨਾਂ ਨੇ ਨਾਲੇ ਤਾਂ ਮੁਲਾਜ਼ਮਾਂ ਦੇ ਗਲ ਪੈ ਗਏ, ਨਾਲੇ ਸਾਡੇ ਗਲ ਪੈ ਗਏ। ਕਿੰਨੇ ਮੁਲਾਜ਼ਮਾਂ ਦੀ ਵਰਦੀ ਪਾੜੀ? 3-4 ਮੁਲਾਜ਼ਮ ਤਾਂ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਕਢਵਾ ਕੇ ਲੈ ਕਹਿੰਦੇ ਸੀ ਉੱਥੋਂ ਥਾਣੇ ਪੁਲਿਸ ਗਈ ਰਾਮ ਬਾਗੋਂ, ਅਤੇ ਬਾਕੀ 2 ਮੁਲਾਜ਼ਮਾਂ ਦੀ ਤਾਂ ਵਰਦੀ ਪੱਟੀ ਹੋਈ ਆ। ਕਾਫੀ ਵਾਰੀ ਰੇਡ ਹੋਇਆ, ਕਾਫੀ ਪਰਚੇ ਉਹਨਾਂ ਦੇ, ਉੱਥੇ ਤਾਂ ਮੇਲਾ ਲੱਗਿਆ ਹੁੰਦਾ ਸ਼ਾਮ ਨੂੰ, ਉੱਥੇ ਸ਼ਰਾਬ ਇੰਨੀ ਵਿਕਣ ਡਈ ਹੁੰਦੀ ਆ, ਅਤੇ ਬਹੁਤ ਜ਼ਿਆਦਾ ਉੱਥੇ ਲੋਕਾਂ ਦਾ ਲੰਘਣਾ ਵਗੈਰਾ ਵੀ ਔਖਾ ਵਾ, ਅਤੇ ਮੁਹੱਲੇ ਵਾਲੇ ਵੀ ਸਾਨੂੰ ਤਾਂ ਦੂਜੇ ਕਹਿਣ ਡੇ ਜਿਹਨਾਂ ਦੇ ਹੋਟਲ ਆ ਵੀ ਬੜੀ ਇੱਥੇ ਸ਼ਰਾਬ ਵਿਕਦੀ ਆ, ਕੁਛ ਕਰੋ। ਅਤੇ ਹੁਣ ਤਾਂ ਉੱਥੇ ਮੌਕੇ 'ਤੇ ਵੀ 15-20 ਪੇਟੀਆਂ ਉੱਥੇ ਖਾਲੀ, ਨਾਲੇ ਬਾਰਦਾਨਾ ਵਗੈਰਾ ਕਾਫੀ ਮਿਲਿਆ ਉੱਥੇ। ਤੁਸੀਂ ਗਏ ਹੋ ਕਿੰਨਾ? ਪੁਲਿਸ ਨੂੰ ਨਹੀਂ ਪਤਾ, ਸਾਹਮਣੇ ਥਾਣਾ ਹੈ ਕਿ ਪਹਿਲੇ ਉਹ ਪੁਲਿਸ ਪੈਸੇ ਲੈਂਦੀ ਫਿਰ ਉੱਥੋਂ ਰਾਮਬਾਗ ਦੀ? ਪਤਾ ਨਹੀਂ ਹੁਣ ਪੈਸੇ ਲੈਂਦੀ ਹੈ ਕੀ ਕਰਦੀ ਆ, ਅਤੇ ਸ਼ਰਾਬ ਉੱਥੇ ਸ਼ਰਿਆਂ ਵਿਕਣ ਡਈ ਆ। ਮੇਰਾ ਰਣਜੀਤ ਸਿੰਘ ਨਾਂ ਜੀ, ਐਕਸਾਈਜ਼ 'ਚ ਲੱਗਿਆ ਜੀ, ਵਨ 'ਚ, ਐਕਸਾਈਜ਼ 1 'ਚ। ਕੀ ਗੱਲ ਹੋਈ? ਕੋਈ ਜਨਾਬ ਕੋਈ ਨਹੀਂ, ਅਸੀਂ ਜਾ ਕੇ ਉੱਥੇ ਖਲੋਤੇ ਹਾਂ ਜੀ, ਅਸੀਂ ਜਾ ਖਲੋਤੇ ਹਾਂ ਅਤੇ ਪਾਲ ਸਿੰਘ ਦੇ ਪੈ ਗਏ ਆ, ਇਹਨੂੰ 10-15 ਜਣਿਆਂ ਥੱਲੇ ਦੱਬ ਲਿਆ ਡੰਡਿਆਂ ਨਾਲ, ਇੱਕ ਵੱਟਾਂ ਮਾਰਿਆ ਕਿ ਡੰਡਿਆਂ ਨਾਲ ਦੇਹ 'ਤੇ ਕੁੱਟਣ ਡਿਆ ਪਿਆ। ਮੈਂ ਮਾੜਾ ਗਾਹ ਕਸਟਾਉਣ ਲੱਗਾ, ਮੈਨੂੰ ਇੱਥੋਂ ਗਰਮੀਆਂ ਫੜ ਕੇ ਨਾਲ ਮੇਰੇ ਬਟਨ 2 ਤੋੜ ਦਿਆ, ਅਤੇ ਮੈਨੂੰ ਫੜ ਕੇ ਉੱਥੇ ਘਰੀਸਿਆ। ਹੋਰ ਜਿੰਨੇ ਬੰਦੇ ਸੀ ਉੱਥੇ ਘਰੋਂ ਘਰ 50-60 ਬੰਦੇ ਉਹਨਾਂ ਦੇ ਆ ਗਏ ਜੀ, ਪਤਾ ਨਹੀਂ ਕਿੱਥੋਂ ਆ ਗਏ ਟੁੱਟ ਕੇ ਇੰਨੇ ਬੰਦੇ। ਇਹਨੂੰ ਫੜ ਕੇ ਥੱਲੇ ਦੱਬ ਲਿਆ, ਇਹਦੇ ਮਹਾਂ ਨਿਕਲਿਆ,
ਇਹਦੇ ਮਹਾਂ ਚੁੱਕ ਕੇ ਲਿਆਂਦਾ ਜੀ, ਅਤੇ ਮੈਂ ਉੱਥੋਂ ਆ ਜਾਂਦਾ ਫੜ ਕੇ ਗਲੇ ਮੈਂ ਉੱਥੇ ਜਿਉਂ ਘਰੀਛਣ ਲੱਗਿਆ ਜਿਉਂ ਕਿਹਾ ਮੈਂ ਮਹਾਂ ਅਜੇ ਤੱਕ ਮੈਨੂੰ ਸਾਹ ਨਹੀਂ ਆਉਂਦਾ ਜੀ। ਹਾਂਜੀ ਹਾਂਜੀ ਰਾਮਬਾਗ ਥਾਣੇ ਕੀਤੀ ਜੀ, ਉੱਥੋਂ ਦੋ ਬੰਦੇ ਉਹਨਾਂ ਦੇ ਆਏ ਜੀ। ਹਾਂਜੀ ਹੁਣ ਕੱਖ ਨਹੀਂ ਜੀ ਕਹਿਣਾ, ਕਹਿਣਾ ਕੀ ਨੇ ਹੁਣ ਪਰਚੇ ਨੂੰ ਕਹਿਣ ਦਿਆ ਜੀ, ਪਰਚਾ ਕੋਈ ਨਹੀਂ ਕਰ ਦਿੰਦੇ, ਪਰਚਾ ਕਰ ਦਿੰਦੇ। ਅਸੀਂ ਉੱਥੇ ਰੇਡ 'ਤੇ ਗਏ ਸੀਗੇ ਅਤੇ ਅੱਗਿਓਂ ਉਹਨਾਂ ਨੇ ਹਮਲਾ ਕਰਤਾ ਜੀ, ਜਿਹਦੇ ਵਿੱਚ ਸਾਡਾ ਇੱਕ ਰੇਡ ਪਾਰਟੀ ਦੇ ਇੰਚਾਰਜ ਅਤੇ ਦੋ ਮੁਲਾਜ਼ਮਾਂ ਦੇ ਸੱਟਾਂ ਲੱਗੀਆਂ ਜੀ। ਹੁਣ ਪਰਚਾ ਕਰਾਵਾਂਗੇ ਜੀ ਉਹਨਾਂ ਨੂੰ ਕਿ ਬਹੁਤ ਵਿਕਦੀ ਹੈਗੀ ਜੀ, ਕਈ ਰੇਡਾਂ ਕਰਦੇ ਆ ਪਰ ਲੇਕਿਨ ਬੰਦੇ ਭੱਜ ਜਾਂਦੇ ਸੀ ਬਾਜ਼ਾਰ ਟਾਈਟ ਹੋਣ ਕਰਕੇ ਨਾ ਜੀ, ਅਤੇ ਇਹ ਤਾਂ ਹੁਣ ਦੇਖੋ ਜੀ ਉਹਨਾਂ ਨੂੰ ਥਾਣਾ ਬਿਲਕੁਲ ਲੱਗੇ ਹੀ ਹੈਗਾ ਜੀ, 500 ਮੇਰੇ ਖਿਆਲ 500 ਕੁ ਮੀਟਰ ਹੀ ਹੋਣਾ ਮੇਰੇ ਖਿਆਲ 'ਚ, ਇਹ ਹੁਣ ਅਸੀਂ ਕੁਛ ਕਹਿ ਨਹੀਂ ਸਕਦੇ ਜੀ ਉਹਦੇ ਬਾਰੇ। ਸਾਡੇ ਵੱਲੋਂ ਤਾਂ ਆਪਾਂ ਦੂਜੇ ਤੀਜੇ ਦਿਨ ਰੇਡ ਕਰੀ ਦੀ ਹੈ ਜੀ ਉੱਥੇ। ਮੈਨੂੰ ਫੋਨ ਆਇਆ ਸੀਗਾ ਜੀ ਇਹ ਵੀ ਉੱਥੇ ਬੰਦੇ ਜਿਹੜੇ ਹੈਗੇ ਆ ਇੱਟਾਂ ਰੋੜੇ ਮਾਰਨ ਲੱਗ ਪਏ ਆ, ਅਤੇ ਉੱਥੇ ਮੈਂ ਮੌਕੇ 'ਤੇ ਪਹੁੰਚ ਗਿਆ। ਜਦੋਂ ਮੈਂ ਮੌਕੇ 'ਤੇ ਗਿਆ ਉਦੋਂ ਕੋਈ ਵੀ ਹੈ ਨਹੀਂ ਸੀਗਾ, ਨਾ ਹੀ ਐਕਸਾਈਜ਼ ਮੁਲਾਜ਼ਮ ਸੀਗੇ, ਨਾ ਹੀ ਕੋਈ ਪਬਲਿਕ ਦਾ ਮੁਲਾਜ਼ਮ ਸੀਗਾ। ਇਹਨਾਂ ਦੇ ਬਾਅਦ 'ਚ ਮੈਨੂੰ ਦੱਸਿਆ ਵੀ ਉਹਨਾਂ ਇੱਟਾਂ ਰੋੜੇ ਮਾਰੇ ਆ ਵੀ ਜਿਹਦੇ ਨਾਲ ਸਾਡੇ ਇੱਕ ਬੰਦੇ ਦੇ ਜਿਹੜੇ ਸਿਰ ਦੇ ਵਿੱਚ ਰੋੜਾ ਲੱਗਿਆ, ਉਹ ਸਾਰਾ ਕੁਛ ਹੁਣ ਦੇਖ ਚਾਹ ਕੇ ਸਾਰੀ ਜੋ ਕਾਰਵਾਈ ਬਣਦੀ ਉਹ ਕਰ ਦਿੰਦੇ ਆ ਜੀ। ਮੈਨੂੰ ਹੁਣ ਪੁਲਿਸ ਮੁਲਾਜ਼ਮ ਹੈੱਡ ਕੋਂਸਟੇਬਲ ਆ ਜੀ, ਉਹਨਾਂ ਨੇ ਦੱਸਿਆ ਵੀ ਮੇਰੀ ਵਰਦੀ ਦਾ ਇੱਕ ਬਟਨ ਵੀ ਟੁੱਟਿਆ, ਅਤੇ ਉਹਦੇ ਮੁਤਾਬਕ ਜੋ ਕਾਰਵਾਈ ਬਣਦੀ ਕਰ ਰਹੇ ਹਾਂ। ਲੱਗਦਾ ਨਹੀਂ ਥਾਣਾ ਬਿਲਕੁਲ ਲਾਗੇ ਹੋ ਗਏ, ਸ਼ਰਾਬ ਵੇਚਦੀ ਹੋਵੇ ਤਾਂ ਪੁਲਿਸ ਉੱਥੇ ਕੀ ਕਰਦੀ ਹੈ? ਪੁਲਿਸ ਤਾਂ ਅਸੀਂ ਤਾਂ ਪਰਚੇ ਦਿੱਤੇ ਆ ਜੀ, ਪਰਚੇ ਦਿੱਤੇ ਬਹੁਤ ਪਰਚੇ ਦਿੱਤੇ, ਸ਼ਰਾਬ ਚੱਲਦੀ ਹੈ 12 ਮਹੀਨੇ 30 ਦਿਨ ਚੱਲਦੀ ਹੈ ਕਿ ਥਾਣਿਆਂ ਦੀ ਸੈਟਿੰਗ ਹੈ ਉੱਥੇ? ਨਹੀਂ ਅਸੀਂ ਤਾਂ ਗੇੜਾ ਉੱਥੇ ਰੱਖੀ ਦਾ ਜੀ, ਸਾਡਾ PCR ਉੱਥੇ ਘੁੰਮਦਾ ਆ, ਗਸਤ ਪਾਰਟੀ ਉੱਥੇ ਘੁੰਮਦੀ ਆ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ।